ਜੇ ਮਹੀਨੀ ਕਿਉਂ ਚੱਜ ਨਾਲ ਆਉਂਦਾ ਨਾ, ਇੰਨੀ ਲਾਈਟ ਫੂਕਦੇ ਆ, ਨਾਲੇ ਖਲ ਬਥੇਰੀ ਵਧੀਆ ਪਾਉਣੇ ਆ ਵੜੇਵਿਆਂ ਦੀ, ਪਤਾ ਨਹੀਂ ਗਲਾਂ ਚ ਨਹੀਂ ਤੰਤ ਹੈਗਾ। ਹੋਰ ਮੰਗਾਵਾਂਗੇ ਬੀਬੇ ਤੋਂ ਫੀਡ ਜੀ ਕੋਈ ਵਧੀਆ, ਕੋਈ ਦਵਾਈ ਦਵੂਈ ਪਾਈ ਜਾਵੇ ਦੁੱਧ ਵਧਣ ਵਾਲੀ, ਕਿਤੇ ਕਿਉਂ ਉਹ ਹੋਵੇ। ਜਾਂਦੀ ਤਾਂ ਮੈਂ ਹੈਗੀ ਆ, ਆਏ ਨਹੀਂ ਪਤਾ ਵੀ ਹਾਕੀ ਕੁੱਤੇ ਵਾਂਗੂ ਪੈ ਜੇ। ਰਾਣੀ ਪੁੱਤ ਘਰੇ ਆ, ਅਜੇ ਤਾਂ ਠੀਕ ਹੈ। ਕਿਉਂ ਕੱਢੀ ਜਾਂਦੀ ਹੈ? ਸਤਿ ਸ਼੍ਰੀ ਅਕਾਲ ਚਾਚੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੈ ਪੁੱਤ? ਠੀਕ ਠਾਕ, ਬਹਿ ਜਾਓ। ਕਿਉਂ ਕਿਹੜਾ ਬਾਲਾ ਆਉਂਦਾ ਹੈ? ਅਤੇ ਲੱਸੀ ਰਿੜਕਦੀਆਂ ਹੈ? ਰਿੜਕ ਲੈਂਦੇ ਦੋ ਤਿੰਨ ਦਿਨਾਂ ਦੀ, ਅਤੇ ਥੋੜ੍ਹਾ ਫਿਰ ਜਿਹਾ ਕਿਹਾ ਦੁੱਧ ਇਕੱਠਾ ਕਰਕੇ। ਹਾਂ ਵੀ ਚੱਲ ਜਾਏ ਨਾਲ ਦੀ ਨਾਲ, ਕਿਹਾ ਉਹ ਬਣ ਜਾਏ। ਭੇਜ ਦਿਆ ਕਰੂੰ ਫਿਰ ਮੈਂ ਵੀ ਲੈਣ ਲਾ ਮੁੰਡੇ, ਵੀ ਜੇ ਵਾਧੂ ਹੈਗੀ ਆ ਤਾਂ। ਹਾਂ ਲੈ ਜਾ ਕਰੋ। ਰਾਣੀ ਤੇਰੀ ਬੇਬੇ ਨਹੀਂ ਦਿੰਦੀ ਕੁੜੇ? ਬੇਬੇ ਤਾਂ ਮੇਰੀ ਸਿੱਧ ਭੋਜੀ ਤੇ ਗਈ ਹੋਈ ਹੈ ਚਾਚੀ, ਭੋਗ ਸੀ ਨਾ ਉਹਨਾਂ ਦੇ ਨਾਜਰ ਕੇ। ਅੱਛਾ ਅੱਛਾ ਪੁੱਤ। ਹਾਂ ਉਹਨਾਂ ਦੇ ਗਈ ਹੈ। ਜੇ ਬੇਬੇ ਹੁੰਦੀ ਫਿਰ ਮੈਂ ਤੁਹਾਨੂੰ ਲੱਸੀ ਲਿਜਾਣ ਨੂੰ ਕਹਿ ਸਕਦੀ ਸੀ। ਹਾਂ ਇਹ ਤਾਂ ਗੱਲ ਠੀਕ ਹੈ, ਇਹ ਤਾਂ ਗੱਲ ਠੀਕ ਹੈ। ਤੁਹਾਨੂੰ ਪਤਾ ਹੀ ਹੈ ਵੀ ਤੁਹਾਡੀ ਆਪ ਚ ਘੱਟ ਬਣਦੀ ਹੈ ਭਾਈ, ਹੁਣ ਬੇਬੇ ਦੇ ਹੁੰਦੇ ਮੈਂ ਤੁਹਾਨੂੰ ਕਿੱਥੋਂ ਇੰਨਾ ਉਹ ਕਰ ਸਕਦੀ ਹਾਂ। ਹਾਂ ਹਾਂ ਇਹ ਤਾਂ ਗੱਲ ਠੀਕ ਹੈ ਪੁੱਤ। ਚਾਹ ਬਣਾਉਣੀ ਹੈ, ਬਹਿ ਜਾਓ ਤੁਸੀਂ। ਨਹੀਂ ਪੁੱਤ, ਚਾਹ ਨਾ ਬਣਾਈ ਤੂੰ, ਮੈਂ ਕਈ ਘਰੀ ਜਾਣਾ। ਚਾਹ ਤਾਂ ਮੈਂ ਬਣਾਉਂਗੀ ਘੁੱਟ ਕ, ਚਾਹ ਪੀ ਕੇ ਜਾਇਓ, ਹੁਣ ਕਿਹੜਾ ਮੇਰੀ ਬੇਬੇ ਘਰੇ ਨਾਲੇ। ਚਾਚੀ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡਾ ਰੌਲਾ ਕੀ ਹੈ, ਜਾਂ ਤੁਸੀਂ ਸਾਰੀ ਉਮਰ ਨਹੀਂ ਬੋਲਦੀਆਂ ਹੈਗੀਆਂ। ਰਾਣੀ ਰੌਲਾ ਕੀ ਹੈ? ਸਾਡਾ ਪੁੱਤ ਜਿਹੜਾ ਰੋਡ ਤੇ ਟੱਕ ਸੀ ਉਹ ਤਾਂ ਸਾਨੂੰ ਮਿਲ ਗਿਆ, ਜਿਹੜਾ ਪਿਸਲਾ ਸੀ ਉਹ ਤੁਹਾਨੂੰ ਮਿਲ ਗਿਆ, ਉਹਦੇ ਵਿੱਚ ਮੋਟਰ ਲੱਗੀ ਹੋਈ ਸੀਗੀ। ਜਿਹੜਾ ਸਾਡੇ ਵਾਲਾ ਬਹਾਣਾ ਪੁੱਤ, ਉਸ ਅਸੀਂ ਮੋਟਰ ਅਸੀਂ ਆਪ ਲਵਾਈ ਹੈ, ਕਨੈਕਸ਼ਨ ਕਿਹੜਾ ਸਸਤੇ ਮਿਲਦੇ ਨਾ। ਬਸ ਐਸੇ ਗੱਲ ਤੋਂ ਤੇਰੀ ਬੇਬੇ ਸਾਡੇ ਨਾਲ ਔਖੀ ਆ, ਹੋਰ ਅਸਾਂ ਲੜੀਆਂ ਨਹੀਂ ਬੋਲੀਆਂ ਨੀ ਕਦੇ। ਨੂੰ ਚਾਚੀ ਜੀ, ਕਦੇ ਬੱਬੀ ਨੇ ਵੀ ਨਹੀਂ ਦੱਸਿਆ ਬੇਬੇ ਆਹ ਕਰੋੜ ਰੱਖਦੀ ਹੈ। ਇਹ ਤਾਂ ਚੱਲ ਕੋਈ ਗੱਲ ਨਹੀਂ, ਜਿਹੀ ਜੀ ਤੁਹਾਨੂੰ ਰੋਡ ਤੇ ਜ਼ਮੀਨ ਮਿਲ ਗਈ ਹੋਏ, ਤੁਹਾਨੂੰ ਹਰਜਾ ਮਰਜਾ ਚੱਲਣਾ ਪੈ ਗਿਆ, ਮੋਟਰ ਆਪ ਲਾਈ ਹੈ, ਸਾਡੇ ਚੱਲ ਮੋਟਰ ਲੱਗੀ ਹੋਈ ਸੀ। ਇਹ ਤਾਂ ਕੋਈ ਵਿਆਹ ਹੀ ਗੱਲ ਹੈ, ਇਹ ਤਾਂ ਕੋਈ ਬਾਲੀ ਰੌਲੇ ਵਾਲੀ ਗੱਲ ਨਹੀਂ। ਸੱਚਾ ਤੁਸੀਂ ਤਾਂ ਦੱਸ ਦਿਓ ਵੀ ਤੁਹਾਡੇ ਕਿਵੇਂ ਆਉਣੇ ਹੋਏ। ਮੈਂ ਤਾਂ ਛੱਤ ਤੇ ਕਹਿਣ ਆਈ ਸੀ ਪੁੱਤ, ਸਾਰਾ ਪਰਿਵਾਰ ਜ਼ਰੂਰ ਆਇਓ। ਅੱਛਾ ਚਾਚੀ ਜੀ, ਛੱਤ ਤੱਕ ਪਹੁੰਚ ਗਈ ਕੋਠੀ? ਚੱਲ ਵਧੀਆ ਹੈ, ਲੈਂਟਰ ਪੈ ਗਿਆ ਫਿਰ ਤਾਂ, ਹੁਣ ਤਾਂ ਇਦੂ ਬਾਅਦ ਤਾਂ ਕੰਮ ਨਿਬੜੀ ਜਾਊਗਾ ਛੇਤੀ। ਕੰਮ ਤਾਂ ਪੁੱਤ ਨਿਬੜਿਆ ਹੀ ਪਿਆ, ਤੈਨੂੰ ਪਤਾ ਮਿਸਤਰੀ ਕਿਹੜਾ ਛੇਤੀ ਨਿਕਲ ਜਾ ਘਰਾਂ ਚੋਂ। ਜੀ ਇਹ ਗੱਲ ਤਾਂ ਠੀਕ ਹੈ, ਲੈ ਮੈਂ ਪਾਣੀ ਲਿਆਵਾਂ ਹੱਥ ਧੋ ਕੇ। ਰਾਣੀ ਬੱਬੀ ਦਾ ਫੋਨ ਆ ਜਾਂਦਾ ਪੁੱਤ? ਇਹਨਾਂ ਦਾ ਤਾਂ ਪੁੱਤ ਭਾਂਗਾ ਭਾਂਗਾ ਦਾ ਬਲਾ ਹੀ ਪਿਆਰ ਹੈ, ਲੱਛੀ ਕੋਲ ਤਾਂ ਬਲਾ ਹੀ ਫੋਨ ਆਉਂਦਾ ਪੁੱਤ। ਫੋਨ ਤਾਂ ਆ ਜਾਂਦਾ ਹੈ, ਲਓ ਪਾਣੀ ਪੀ ਲਓ, ਫੋਨ ਤਾਂ ਕਰਦੇ ਰਹਿੰਦੇ ਨੇ। ਲੈ ਚੰਗਾ ਪੁੱਤ, ਸਾਰੇ ਜਾਣੇ ਜ਼ਰੂਰ ਆਇਆ, ਉਹਦੀ ਬੇਬੇ ਨੂੰ ਕਹਿ ਦੀ। ਚੰਗਾ ਚਾਚੀ ਜੀ, ਬਚਾਅ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ, ਅਸੀਂ ਪੀ ਜਾਂਦੇ ਘੁੱਟ। ਇੱਕ ਤਾਂ ਡਰਦੀ ਵਾਲਾ ਹੈ ਮੇਰੀ ਸੱਸ ਤੋਂ। ਪਤਾ ਨਹੀਂ ਕਿੱਧਰ ਫਿਰਦੀ ਆ, ਭੌਂਕਦੀ ਦੁਪਹਿਰੇ ਦੁਪਹਿਰੇ, ਨਿਕਲ ਕੇ ਤਾਂ ਇੱਥੋਂ ਹੀ ਗਈ ਆ, ਉਹ ਕਿੱਧਰ ਦੀ ਗਈ ਹੈ ਪੁੱਛਦੀਆਂ ਜਾ ਕੇ। ਓਹੋ 12 ਵੱਜ ਗਏ, ਪੈ ਗਈ ਰਾਣੀ ਹੁਣੇ। ਰਾਣੀ ਹਾਂ ਬੇਬੇ, ਪਾਣੀ ਦਾ ਗਲਾਸ ਲਿਆ ਪੁੱਤ, ਪੈ ਗਿਆ ਭੋਗ। ਹਾਂ ਭੋਗ ਪੈ ਗਿਆ ਪੁੱਤ, ਲਿਆਉਣੀ ਪਾ। ਹਾਏ ਹਾਏ ਹਾਏ, ਮਸਾਂ ਆ ਕੇ ਡਿੱਗੀ ਆ ਮੈਂ ਤਾਂ। ਲੈ ਬੇਬੇ ਪਾਣੀ। ਹਾਏ ਹਾਏ ਕੁੜੇ, ਐਂ ਪੈ ਗਈ, ਆਹ ਤਾਂ ਚੱਕ ਦਿੰਦੀ ਬੜਾ ਫੂਕ ਦਿੰਦੀ। ਚੱਕ ਦਿੰਦੀ ਹੈ ਬੇਬੇ, ਥੱਕ ਜੇ ਗਈ ਸੀ, ਮੈਂ ਮਾੜੇ ਦਮ ਲੈ ਲਾਂ ਪਈ ਪਈ। ਮੱਖੀਆਂ ਭਿਣਕਦੀਆਂ ਨੇ, ਦਮ ਤਾਂ ਲੈ ਲਈ। ਚੱਲ ਕੋਈ ਨਾ, ਚੱਕ। ਸੱਚੀ ਦੱਸੀ ਕੁੜੇ ਮੈਨੂੰ, ਇਹ ਇੱਧਰੋਂ ਨਿਕਲੀ ਜਾਂਦੀ ਸੀ, ਕਿੱਧਰੋਂ ਗਈ ਸੀ? ਐਂ ਜਾਂਦੀ ਸੀ, ਹੁਣ ਬਗੀ ਪੰਜਾਬ ਮੇਲ ਮੰਗੂ ਡਾਕ ਬਣੀ। ਬੇਬੇ ਆਪਣੇ ਘਰੀ ਆਈ ਸੀ ਚਾਚੀ, ਤਾਂ ਸੱਤ ਵਾਸਤੇ ਕਹਿਣ ਆਈ ਸੀ, ਕਹਿੰਦੀ ਸੱਤ 'ਤੇ ਪਹੁੰਚਿਓ, ਕੱਲ੍ਹ ਨੂੰ ਸੱਤ ਪਊਗੀ। ਕਹਿੰਦੀ ਤੇਰੀ ਬੇਬੇ ਕਿੱਥੇ? ਮੈਂ ਕਿਹਾ ਸਿੱਧ ਭੋਜੀ 'ਤੇ ਗਈ ਆ। ਕਹਿੰਦੀ ਕਿਵੇਂ? ਮੈਂ ਕਿਹਾ ਇਹਨਾਂ ਦੇ ਭੋਗ ਨਹੀਂ ਹੈਗਾ ਨਾਜਰ ਕੇ? ਕਹਿੰਦੀ ਹਾਂ, ਮੇਰੇ ਯਾਦ ਹੀ ਨਹੀਂ ਸੀ, ਕਹਿੰਦੀ ਆਪਦੇ ਕੰਮ 'ਚ ਉਲਝ ਰਿਹਾ, ਅਤੇ ਕਹਿੰਦੀ ਜ਼ਰੂਰ ਆਇਓ ਤੜਕੇ। ਐਂ ਕਹਿੰਦੀ ਤੀ ਹੈਂ, ਛੱਤ 'ਤੇ ਸ਼ਰਮ ਨਹੀਂ ਆਉਂਦੀ ਕੁੜੇ ਤੁਹਾਨੂੰ? ਰਹਿਣ ਦਿਓ, ਤੁਸੀਂ ਰਹਿਣ ਦਿਓ, ਮੁੰਡਾ ਪਰਦੇਸਾਂ 'ਚ ਬੈਠਾ, ਉਹਨੂੰ ਵੀ ਮੈਂ ਦੱਸੂੰਗੀ, ਛੱਤ 'ਤੇ ਕਿਹੜੇ ਮੂੰਹ ਆ ਗਈ, ਸੰਗ ਨਹੀਂ ਆਈ ਉਹਨੂੰ ਆਉਂਦੀ ਨੂੰ। ਮੇਰੇ ਤਾਂ ਢਿੱਡ 'ਚ ਡਿੱਬਰੇ ਬਣੇ ਪਏ ਨੇ, ਮਰੀ ਦੇ ਵੀ ਨਹੀਂ ਮੱਚਣੇ, ਜਿਹੜੀਆਂ ਇਹਨਾਂ ਨੇ ਕਰੀਆਂ ਨੇ, ਆ ਗਈ ਮਿੱਠੇ ਪੋਚੇ ਮਾਰਨ। ਬੇਬੇ ਹੁਣ ਆਈ ਘਰੋਂ ਤਾਂ ਨਹੀਂ ਕੱਢੀ ਜਾਂਦੀ, ਜੇ ਹੁਣ ਆ ਗਈ ਕਹਿਣ ਤਾਂ ਉਹ ਤਾਂ ਚਾਹ ਪਾਣੀ ਦਾ ਵੀ ਨਾਲ ਲੈਣਾ ਪਊ, ਬਹਿ ਜਾ ਖੜਜਾ ਵੀ ਕਹਿਣਾ ਪਊਗਾ, ਹੁਣ ਸਾਰੀ ਉਮਰ ਹੀ ਐਂ ਚੱਲੀ ਜਾਊਗਾ ਬੇਬੇ। ਗਾਹਾਂ ਤਾਂ ਆਪਾਂ ਸੋਚ ਲਓ ਵੀ ਦੋਨੇ ਭਾਈ ਇਹ ਵਰਤ ਲੈਣਗੇ। ਇੱਕ ਗੱਲ ਮੈਂ ਹੋਰ ਦੱਸ ਦਿੰਦੀ, ਉਹ ਤਾਂ ਹੁਣ ਐਂ ਵੀ ਕਹਿੰਦੀ ਸੀ, ਕਹਿੰਦੀ ਲੱਛੀ ਕੋਲੇ ਫੋਨ ਆਉਂਦਾ ਬੱਬੀ ਦਾ ਰੋਜ਼, ਫਿਰ ਮੈਂ ਤਾਂ ਚੱਲ ਨਾ ਜਾਊਂ ਤੇਰੇ ਕਹੇ ਤੋਂ ਹਟ ਜੂ, ਫਿਰ ਤੂੰ ਬੱਬੀ ਨੂੰ ਵੀ ਹਟਾ ਲੈ, ਇਹ ਤਾਂ ਵਰਤਣਾ ਚਾਹੁੰਦੇ ਨੇ ਭਾਈ ਭਾਈ। ਕੋਈ ਲੋੜ ਨਹੀਂ ਛੱਤ 'ਚ ਉੱਤੇ ਜਾਣ ਦੀ, ਤੈਨੂੰ ਮੈਂ ਦੱਸਾਂ, ਮੈਨੂੰ 40 ਸਾਲ ਹੋ ਗਏ, ਮੈਂ ਚੁੱਲ੍ਹੇ 'ਤੇ ਨਹੀਂ ਚੜ੍ਹਨ ਦਿੱਤੇ ਹੈਗੇ, ਫਿਰਦੀ ਹੈ ਭੌਂਕਦੀ।
नाले मैनूं फोन ला के दे, मैं मुंडे नूं पुछां, उहनूं शर्म नहीं आउंदी हैगी। सिंगा नाल दोस्ती, पूछ नाल वैर। लै फोन तां ला दिंदी आं बेबे, बाला ना उहनूं चिड़क चंप जी करी, बारे बैठा। तू तां इही राणी वालियां गल्लां करदी आं, वी जिवें राणी दी रेल बणाई रखदी आं सारा दिन। लै फड़। हैलो, सत श्री अकाल, होर ठीक है पुत? अच्छा, तेरे को भी फोन आ गया, की कहती? अच्छा, तेरे चाचे का, की कहती तेरा चाचा? ना तू परदेसा च बैठा, छत से कहते मैं आऊंगा। लै हजे मैनू बोलद, मैं नहीं पुठा बोलती, सारी उम्र नहीं अपनी इन्हां नाल बनी, रहन दो तुसी इन्हां कम्मां नूं। क्यों लै अगर जे तां इन्नी जाना तू ना जाई, राणी वग जू, राणी किवें वग जूगी? ना ना ना, रहन दे बे, बेशर्मो, रहन दो तुसी। अज हो गया तेरे चाचा इह। ना ना, मैनू नहीं लोड़ ना, आज एक पासे करनी फिर मेरे नाल। तां मां तां थोनू दीनी नहीं, भी की कुछ करे, चाचा दिस गया थोनू। तैनू पता साडे नाल की बनिया ने, आ छड़क ते वाहन है जिहड़ा इन्हां ने लिया, दीने तैनू आ देख, पैलस बना लिया इन्हां ने हुण अपना ती, ओह मूरला पासा लै, अक बापू ने वंडिया ती। फिर प्यो तां तेरा मर गया, तसीहे चलदा, हुण थोड़ा इन्हां नाल प्यार हो गया। अच्छा बस छड़ दे, ना ना चुप कर, बस इत्थे आके करी गल, लै नहीं फड़। बेबे क्यों इन्ना घबर दिनी, माड़ा मोटा गुस्से नूं ठंडा कर लै, जे ये वरतना चाहुंदे ने दोने भाई, चल वरत लैन दे, थोड़ा तां हुण सारी उम्र ही निकल गई, फिर भी अबदा मारू सामे सिट्टू, गाहां तां इन्हां नूं वरतेवा पा लैंदे दोनां नूं। मैं तेरे उत्तों नहीं होकर नहीं जाती, जे तेन बब्बी कहना जी, मैं कहना माड़ी समझ तो कम लै लो, तुम तो सिवे च जाने वाले हो रहे हो दोनों घर, उधरों चाची चाचा हो गए, उधरों तुसी हो गए, उधरों सानू नहीं वरतन देंदे, गाह टुटते टुट जाते, उन्होंने वरतते वरत लेंगे, तुम तो नहीं वरती दराणी ठाणी, इन्हों तो वरत लेंगे भाजे भाजा। तू मैं मत्ता ना दे, पैर सारा पशुआ थले गोहा वड्या, वह हटा लै जाके, वह तो हटा ले, वड्डी आ गई वरतेवे वाली, यही मर्जी है बेबे तेरी, तो ना वरतना ना वरतन देना, सारी उम्र ही निकल जू। राणी की करती है? उत्थे झाड़ू ला के आउणी है बार जे च बेबे, अज तां जणों बड़ा सारा दुपहरा जिहा होया पे, बड़बड़ खांदा है घर, हो रहा है जवाक जाऊं ही तौर तार, उत्थे जरूरी थी कोई होस्टल च पाउण नूं, इत्थे की पढ़ाईआं नहीं हैगीआं? फिर बेबे पढ़ाई तां हुण कराउणी होई है, चंगे स्कूलां बिना पढ़ाई नहीं हुंदी, पूरे पढ़ता नहीं हैगा, चंगा पहला पढ़दे ने लोकां दे जवाक, चल जिथे लाउणा सी लाता बब्बी ने, जी तां पूरा नहीं लगदा करे, जी तां मेरा कड़ा लगदा, फिर हुण की करिए, सुनिए जो हुईया बैठी रहने। फोन आया थी कुड़े? हाँ बेबे आया सी फोन, कहना ठीक ठाक है मम्मी। तू मेरी भी गल करा आंदी कुड़े, नाले मैं पूछ लैंदी भी रोटी राटी वधिया खांदा? बेबे है नहीं सी तू घरे, ताई कोले खड़ी सी उधर, उदो आया सी। अच्छा, फिर मां चल ऐ नहीं पता उत्थों गाहां बागी होवे तू, रोटी तो कहना वधिया खाना, वधिया रोटी पानी मिलता है, घर वर्गी गल है, कोई एहजी गल नहीं हैगी। अच्छा हाँ, बाकी मैं कहता सी मां बस सियाणा बन के रही, भी कोई होर ना बाहर बूर जाई, किसी दे मगर लग के कितें बाहर ही लै जाण, बस आही है। चल चंगा ला लै फिर झाड़ू, लाऊं झाड़ू ला लां, कम निबड़ जूगा, बाहर जा तू रा ला दे सुंबर नाल। ਛੱਤ ਤੇ ਨਹੀਂ ਆਏ, ਸਾਰਾ ਪਿੰਡ ਆ ਗਿਆ ਜਿੰਨੇ ਸੱਦੇ ਦੀ, ਤੁਸੀਂ ਰਹਿ ਗਏ ਇਕੱਲੇ, ਆਪਦੇ ਉਹਨਾਂ ਦਾ ਗੱਲ ਬਣਦੀ ਨਹੀਂ ਹੈ। ਬੇਬੇ ਕੋਲ ਜਾਇਓ ਚਾਚੀ, ਬੇਬੇ ਨੂੰ ਤਾਂ ਰਾਣੀ ਭਾਈ ਤੇਰੀ ਬੇਬੇ ਤਾਂ ਸੁੱਤੀ ਪਈ ਹੈ। ਸਤਿ ਸ੍ਰੀ ਅਕਾਲ। ਤੁਸੀਂ ਭਾਜੀ ਛੱਤ ਨਹੀਂ ਆਏ? ਛੱਤ ਵਾਲੀਆਂ ਗੱਲਾਂ ਰਹਿ ਗਈਆਂ ਆਪਣੀਆਂ ਹਜੇ,
ਨਾ ਛੱਤਾਂ ਨੂੰ ਕੀ ਫਿਰ ਇੱਦੀ ਕੀ ਗੱਲ ਹੋ ਗਈ ਉੱਥੇ ਸਾਰੇ ਤਾਂ ਆ ਗਏ ਤੁਸੀਂ ਰਹਿ ਗਏ ਇਕੱਲੇ ਤੇ ਸਾਡਾ ਤਾਂ ਨਹੀਂ ਜੀ ਆਉਂਦਾ ਕੋਈ ਵੀ ਇੱਕ ਵਾਰੀ ਕਹਿ ਲਓ ਦੋ ਵਾਰੀ ਕਹਿ ਲਓ ਅਸੀਂ ਤਾਂ ਨਹੀਂ ਆਉਂਦੇ ਪਾਣੀ ਚਲੋ ਫਿਰ ਤੁਹਾਡੀ ਮਰਜ਼ੀ ਹੈ ਘਰਦਿਆਂ ਬਿਨਾਂ ਗੱਡੀ ਚੱਲਦੀ ਨਹੀਂ ਹੁੰਦੀ ਕੰਮ ਚੱਲਦੇ ਨਹੀਂ ਹੁੰਦੇ ਐਡੀ ਭਾਈ ਕਿਹੜੀ ਗੱਲ ਸੀ ਜਿਵੇਂ ਬਾਪੂ ਕਰ ਗਿਆ ਸਾਨੂੰ ਤਾਂ ਉਹ ਹੀ ਮਨਜ਼ੂਰ ਹੋ ਗਿਆ ਅਸੀਂ ਤਾਂ ਮੰਨ ਲਿਆ ਹੁਣ ਆਪਾਂ ਉਹੀ ਗੱਲਾਂ ਤਾਂ ਨਹੀਂ ਦੱਬੀਆਂ ਆਉਣੀਆਂ ਆਪਾਂ ਪਹਿਲਾਂ ਵਿਆਹ ਵੀ ਐਂ ਕਰ ਲਏ ਕਿਸੇ ਦਾ ਮੂੰਹ ਇੱਧਰ ਕਿਸੇ ਦਾ ਇੱਧਰ ਹੁਣ ਆਪਾਂ ਇਹ ਗੱਲਾਂ ਛੱਡੋ ਇਹ ਪਿੰਡ 'ਚ ਗੱਲਾਂ ਹੁੰਦੀਆਂ ਨੇ ਪਿੰਡ ਵਾਲੇ ਸੋਚਦੇ ਨੇ ਕਿਉਂ ਨਹੀਂ ਆਉਂਦੇ ਦੇਖੋ ਪਹਿਲਾਂ ਵੀ ਮੈਂ ਤੁਹਾਡੇ ਆਇਆ ਮੈਂ ਤਾਂ ਆਉਂਦਾ ਜਾਂਦਾ ਰਹੂੰਗਾ ਊਂ ਤੁਹਾਡੀ ਮਰਜ਼ੀ ਹੈ ਇਹਨਾਂ ਦੀ ਚਾਚੀ ਵੀ ਆ ਕੇ ਗਈ ਹੈ ਪਹਿਲਾਂ ਊਂ ਤੁਹਾਡੀ ਮਰਜ਼ੀ ਹੈ ਪਰ ਇਹ ਇੰਨਾ ਠੀਕ ਨਹੀਂ ਹੁੰਦਾ ਕੰਮ ਚੰਗਾ ਫਿਰ ਬੇਬੇ ਤੈਂ ਤਾਂ ਜਮੀ ਪਰਾਂ ਮੂੰਹ ਕਰ ਲਿਆ ਲੋਹੇ ਦੀ ਲਕੀਰ ਖਿੱਚ ਰੱਖੀ ਸਿਆਣਾ ਵਿਆਣਾ ਬੰਦਾ ਆਪ ਆਇਆ ਕਹਿਣ ਐਡਾ ਕੰਮ ਛੱਡ ਕੇ ਅਗਲੇ ਨੂੰ ਵੀ ਸਰ ਸਕਦਾ ਜੇ ਤੈਨੂੰ ਸਰਦਾ ਹੈ ਪਰ ਫਿਰ ਵੀ ਅਗਲਾ ਕਹਿੰਦਾ ਚੱਲ ਹੁਣ ਤਾਂ ਵਰਤ ਲਈਏ ਜਵਾਕਾਂ ਦਾ ਪਿਆਰ ਪੈਂਦਾ ਜਾਂਦਾ ਤੁਹਾਡੀ ਤਾਂ ਸਾਰੀ ਉਮਰ ਨਿਕਲ ਗਈ ਇਹ ਤਾਂ ਗਲਤ ਗੱਲ ਹੈ ਭਾਈ ਇਹ ਤਾਂ ਨਹੀਂ ਤੇਰੀ ਗੱਲ ਸਹੀ ਹੈਗੀ ਜੇ ਹੁਣ ਇਹ ਆਪ 'ਚ ਦੋਨੇ ਭਾਈ ਬੋਲਦੇ ਨੇ ਵੀ ਚੱਲ ਗਾਹਾਂ ਅਸੀਂ ਵਰਤ ਲਾਂਗੇ ਤੁਹਾਡਾ ਤਾਂ ਲੰਘ ਗਿਆ ਟਾਈਮ ਸਾਰੀ ਉਮਰ ਤਾਂ ਨਹੀਂ ਹੁੰਦਾ ਹੁੰਦਾ ਰੌਲਾ ਇਹੀ ਜ਼ਮੀਨਾਂ 'ਤੇ ਚੱਲੀ ਜਾਣੇ ਮੈਂ ਤਾਂ ਭਾਵਾਂ ਨਾ ਮਰ ਜਾਂ ਠੀਕ ਹੈ ਮੇਰੀ ਤਾਂ ਇਹਨਾਂ ਨਾਲ ਲੋਹੇ ਦੀ ਲਕੀਰ ਖਿੱਚੀ ਹੋਈ ਹੈ ਮੈਂ ਤਾਂ ਇਹਨਾਂ ਦੇ ਨਾ ਵੜਾਂ ਨਾ ਮੈਂ ਇਹਨਾਂ ਨੂੰ ਵੜਨ ਦੇਵਾਂ ਜਿੰਨਾ ਚਿਰ ਮੈਂ ਜਿਉਂਦੀ ਹਾਂ ਮੇਰੇ ਮਗਰੋਂ ਕੁਛ ਮਰਜ਼ੀ ਕਰ ਦਿਓ ਫਿਰ ਕਹਾਂ ਇਹ ਸਰਪੰਚ ਉੱਠੂਗਾ ਹੁਣ ਸਰਪੰਚ ਬਣ ਗਿਆ ਜੇ ਫਿਰ ਨਹੀਂ ਕੋਈ ਕੰਮ ਦੀ ਲੋੜ ਪਊਗੀ ਮੇਰੇ ਭਾਵੇਂ ਤਾਂ ਜੱਜ ਬਣ ਜੇ ਮੈਂ ਤਾਂ ਵੀ ਨਹੀਂ ਜਾਂਦੀ ਇਹ ਤਾਂ ਤੇਰੀ ਗਲਤ ਗੱਲ ਹੈ ਭਾਈ ਤੁਸੀਂ ਤਾਂ ਵਿਆਹ ਵੀ ਐਂ ਕਰ ਲਏ ਬਿਨਾਂ ਇੱਕ ਦੂਜੇ ਨੂੰ ਸੱਦੇ ਫਿਰ ਚਾਚੀ ਤਾਂ ਭਾਈ ਮੁੱਕ ਗਏ ਤੂੰ ਉਦੋਂ ਵੀ ਨਹੀਂ ਗਈ ਚੱਲ ਵਿਆਹ ਤਾਂ ਕਰ ਲਏ ਮਰ ਗਏ ਤਾਂ ਨਹੀਂ ਅਗਲਾ ਖੜਦਾ ਹੁੰਦਾ ਸਾਡਾ ਮਰਜ਼ਾ ਕੋਈ ਜਮਾ ਨਾ ਆਵੇ ਬਾਹਲੀ ਚਾਚੀ ਦੀ ਲਾਡਲੀ ਜੇ ਤੁਸੀਂ ਵਰਤਣਾ ਬੱਬੀ ਨੂੰ ਆ ਜਾਣ ਦੇ ਮੈਥੋਂ ਪਾਸਾ ਵੱਟ ਲਿਓ ਨਾ ਮੈਂ ਅੱਜ ਉਹਨਾਂ ਦੇ ਵਰਤਾਂ ਨਾ ਮੈਂ ਕੱਲ੍ਹ ਨੂੰ ਵਰਤਾਂ ਮੈਂ ਨਹੀਂ ਜਾਂਦੀ ਐਂ ਬੇਬੇ ਤੈਥੋਂ ਤਾਂ ਨਹੀਂ ਅਸੀਂ ਅੱਡ ਹੁੰਦੇ ਤੈਨੂੰ ਤਾਂ ਨਹੀਂ ਕੱਲੀ ਨੂੰ ਛੱਡ ਸਕਦੇ ਹੁਣ ਤਾਂ ਜਿਵੇਂ ਕਹੇਗੀ ਅਸੀਂ ਉਵੇਂ ਚੱਲਾਂਗੇ ਚੱਲ ਮਰਜ਼ੀ ਹੈ ਤੇਰੀ ਜੀਵ ਤਾਂ ਬਥੇਰੀ ਲੱਗੀ ਹੈ ਮਾਰਦੀ ਹੈ ਲੁੱਤਰ ਲੁੱਤਰ ਐਂ ਹੋ ਰਿਹਾ ਵੀ ਕਿਹੜੇ ਵੇਲੇ ਛੱਤ 'ਤੇ ਵਗ ਜਾਂ ਜਾਨ ਨਿਕਲੀ ਪਈ ਹੈ ਉੱਧਰੋਂ ਮੁੰਡਾ ਮਾਰਦਾ ਫੋਨ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੱਛਰ ਇਹਨੇ ਖਾਧਾ ਪਿਆ ਨਾ ਹੈਗਾ ਤਾਂ ਇਹੋ ਜਿਹੇ ਕੁਛ ਹੀ ਹੈ ਚੱਲ ਕੋਈ ਨਾ ਸਾਫ਼ ਸਾਫ਼ ਕੱਢ ਲੈ ਵਿੱਚੋਂ ਪਾਲਕ ਤਾਂ ਸੋਹਣਾ ਸੀ ਖਰਾ ਮੱਛਰ ਜੀ ਨੇ ਕਰਤਾ ਪਾਲਕ ਥੋੜ੍ਹਾ ਹੀ ਆਲੂਆਂ 'ਚ ਪਾ ਲਾਂਗੇ ਚੱਲ ਹਾਂ ਜਿਹੜੇ ਕਾਸੇ 'ਚ ਖਾਣਾ ਹੋਊ ਮੈਂ ਤਾਂ ਉਹ 'ਚ ਹੀ ਪਾ ਦੂੰ ਚੱਲ ਡੰਗ ਜਿਹਾ ਮਰ ਜੂਗਾ ਬੀਬੀ ਇਹਨਾਂ ਤਾਂ ਬਲਾਈ ਸੋਹਣੀ ਕੋਠੀ ਪਾ ਲਈ ਮੈਨੂੰ ਤਾਂ ਉਹ ਦੱਸਦੀ ਸੀ ਉਹਨਾਂ ਦੀ ਇਹਨਾਂ ਦੀ ਬਹੁਤ ਆਈ ਕੀ ਕੌਣ ਆਹ ਤਾਈ ਕੀ ਕੋਠੀ ਕਹਿੰਦੀ ਇਹਨਾਂ ਨੇ ਬਲਾਈ ਸੋਹਣੀ ਪਾ ਲਈ ਚਾਚੇ ਕਹਿੰਦੇ ਹਾਂ ਜੇ ਮੈਂ ਉਰਾਂ ਬਾਹਰ ਕੱਢਤਾ ਸੜਕ ਤੇ ਸੜਕ ਤੇ ਕੋਈ ਰੂਕੂਗਾ ਨਹੀਂ ਕੁਛ ਨਾ ਸਰਕਾਰੀ ਸੌਂਚ ਲਾਂਗੇ ਚ ਹੋਰ ਬਾਲਾ ਬਾਲੀ ਲੈ ਲਈ ਵੀ ਜੀ ਮੂਰੋਂ ਦੇਖ ਲੈ ਵੱਧ ਲੈ ਲਈ ਇਹਨਾਂ ਨੂੰ ਆਇਆ ਫਿਰ ਵੀ ਐਤਕੀ ਅਸੀਂ ਸਰਪੰਚ ਬਣਾਂਗੇ ਇਹ ਵੀ ਹੈਗਾ ਇਹਨਾਂ ਨੂੰ ਤਾਂ ਕਰਕੇ ਨਹੀਂ ਕੋਈ ਬੋਲਦਾ ਕੋਠੀ ਪੂਰੀ ਤਾਂ ਪੁੱਤ ਕੋਠੀਆਂ ਤਾਂ ਸਾਰੀਆਂ ਹੀ ਪੈ ਜਾਣਗੀਆਂ ਜਿਹੜੀ ਆਪਣੇ ਕੋਲ ਦੋ ਕਨਾਲਾਂ ਜ਼ਮੀਨ ਸੀ ਉਹ ਵੇਚ ਕੇ ਤਾਂ ਬੱਬੀ ਤੋਰਤਾ ਆਪਣੇ ਤਾਂ ਖਾਣੀ ਕਿੱਦੇ ਟਾਈਮ ਆਊਗਾ ਆਜੂ ਬਥੇਰਾ ਟਾਈਮ ਨਹੀਂ ਆਉਂਦਾ ਹੁੰਦਾ ਹੈ ਕਾਂਬੜੀ ਟਾਈਮ ਬਥੇਰੇ ਆਉਣਗੇ ਜਵਾਕ ਨੂੰ ਪੜ੍ਹਾ ਲਈਏ ਟਾਈਮ ਹੀ ਟਾਈਮ ਹੈ ਲੈ ਕਿਸੇ ਦਾ ਪੱਕਾ ਦੇਖ ਕੇ ਆਪਦਾ ਕੱਚਾ ਥੋੜ੍ਹੀ ਟਾਉਣੇ ਬਥੇਰੀਆਂ ਕਰੀਆਂ ਨੇ ਉਹਨਾਂ ਨੇ ਮੇਰੇ ਨਾਲ ਕੋਈ ਨਾ ਪੈ ਜੂਗੀ ਬਥੇਰਾ ਕੋਠੀ ਨੂੰ ਤਾਂ ਦੱਸ ਕੇ ਤੇਰੇ ਕੁੜੀ ਦਾ ਮਕਲਾਵਾ ਦੇਣਾ ਅੱਜ ਐਂ ਨਾ ਟੈਨਸ਼ਨ ਲਿਆ ਕਰ ਬਿਨਾਂ ਮਤਵਲ ਤੋਂ ਬਿਮਾਰੀਆਂ ਖਰੀਦੀਆਂ ਤੇਰੇ ਬੈਠੇ ਬੈਠੇ ਸਾਰਾ ਕੁਛ ਹੋ ਜੇ ਬਣ ਜੂ ਮੇਰੇ ਬੈਠੇ ਮੈਨੂੰ ਬਚੀ ਜਾਂਦਾ ਨਾ ਲੋੜ ਨੀ ਆਪਾਂ ਤਾਂ ਜਵਾਕ ਨੂੰ ਪੜਾਵਾਂਗੇ ਪੂਰੇ ਜ਼ੋਰ ਨਾਲ ਗੱਗੀ ਨੂੰ ਪੜਾਵਾਂਗੇ ਆਪਾਂ ਤਾਂ ਦੇਖੀ ਕੀੜੀਆਂ ਕਿੰਨੀਆਂ ਨੇ ਨੀ ਬੇਬੇ ਲੜਨਾ ਜਾਣਾ ਝਾੜ ਦੇ ਮੰਜਾ ਉਹ ਮੈਨੂੰ ਤਾਂ ਜਿਵੇਂ ਨੀ ਦਿਸੀਆਂ ਪੂਰੀਆਂ ਨੇ ਨਾਲੇ ਲੈ ਦੱਸ ਹੋਰ ਨਾ ਲੜਾ ਦੀ ਕਿਤੇ ਪਾਲਕ ਦਾ ਥੋੜੇ ਹੀ ਨਿਕਲੇ ਆਏ ਹਾਏ ਓਹੋ ਬੇਬੇ ਹਾਂ ਬੇਬੇ ਫੋਨ ਆਇਆ ਸੀ ਪ੍ਰਿੰਸੀਪਲ ਤੱਕ ਅੱਗੇ 6 ਵਜੇ ਕਦੋਂ ਆ ਹੁਣ ਆਇਆ ਫੋਨ ਬੂਬਾ ਮਰ ਜਾ ਬੂ ਕਿਵੇਂ ਹਾਏ ਬੂ ਕਿਵੇਂ 6 ਵਜੇ ਬੇਬੇ ਨਾ ਡਿੱਗ ਜੇ
ਖੜੀ ਹੋ ਜਾ ਮੈਂ ਦਵਾਈ ਲੈ ਕੇ ਦਿੰਨੀ ਆ ਹਾਏ ਬੀਪੀ ਦੀ ਦਵਾਈ ਲੈ ਲੈ ਫਿਰ ਕੋਈ ਇੰਤਜ਼ਾਮ ਵੀ ਕਰਾਂਗੇ ਚਲ ਚਲ ਛੇਤੀ ਲੈ ਦੇ ਹਾਏ 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 ਮੋਹ ਮਰ ਜਾ ਹਾਂ ਕਿਵੇਂ 7 ਵਜੇ ਹਾਏ 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 ਆ ਵੀਰ ਬਾ ਹਜੇ ਵੀ ਕਸਰ ਰਹਿੰਦੀ ਸੀ ਮੇਰੇ 'ਚ ਹਾਏ ਹਾਏ ਵਾਗਰੂ 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 ਲੈ ਬੇਬੇ ਹਾਏ ਹਾਏ ਕੁੜੇ ਮੈਂ ਕੀ ਬੁਰਾ ਕਰਿਆ ਰੱਬ ਦਾ ਹਾਏ ਹਾਏ ਨਹੀਂ ਮੈਨੂੰ ਐਂ ਦੱਸ ਨਹੀਂ ਕੀ ਕਹਿੰਦਾ ਪ੍ਰਿੰਸੀਪਲ ਪ੍ਰਿੰਸੀਪਲ ਤਾਂ ਕਹਿੰਦਾ ਛੇਤੀ ਆ ਜਾਓ ਭਾਈ ਪੈਸੇ ਲੈ ਕੇ ਡਿੱਗ ਗਿਆ ਕਹਿੰਦਾ ਖੇਡਦਾ ਖੇਡਦਾ ਚਿਲਕ ਗਿਆ ਪੱਕਾ ਥਾਂ ਸੀ ਜ਼ੋਰ ਦੀ ਵੱਜਿਆ ਸਿਰ ਸਿਰ 'ਚ ਸੱਟ ਹੈ ਵਾਹਿਗੁਰੂ ਲਵੇ ਨਾ ਲਾਉਣੇ ਹਾਏ ਹਾਏ ਉਹ ਨੀ ਐ ਤਾਂ ਪੁੱਛ ਲੈਂਦੀ ਨੀ ਕਿੰਨੇ ਕ ਸੱਟ ਹੈ ਕਿੰਨੇ ਕ ਪੈਸੇ ਪੂਸੇ ਲੱਗਣਗੇ ਹੁਣ ਐ ਕੀ ਪੁੱਛ ਸਕਦਾ ਅਲਾ ਕਹਿੰਦਾ ਜਵਾਕ ਦੇ ਉੱਤੋਂ ਦੀ ਪੈਸੇ ਹੋ ਗਏ ਇਹਨਾਂ ਨੂੰ ਫਿਰ ਹੁਣ 3-4 ਲੱਖ ਪੁੱਛਾ ਚਾਚੇ ਤੋਂ ਦੋ ਵਾਰੀ ਚ ਮੰਗ ਲਾਂਗੇ ਮੂੰਹ ਕਿਹਦੇ ਤੋਂ ਪੁੱਛਾਂ ਕੀ ਰੱਬ ਦਾ ਬੁਰਾ ਕਰਿਆ ਤੀ ਇੰਨੇ ਪੈਸੇ ਕਿਹਦੇ ਘਰੇ ਤਰੇ ਪਏ ਨੇ ਨਹੀਂ ਕਾਮੜੀਏ ਇਹਦੇ 'ਚ ਇੰਨੀ ਗੁੰਜਾਇਸ਼ ਹੈ ਜਿਹਦੇ ਘਰ ਪੈਸੇ ਨੇ ਵਾਹਿਗੁਰੂ ਵਾਹਿਗੁਰੂ ਕੀ ਬਣ ਗਿਆ ਨੀ ਰਾਣੀ ਨੀ ਰਾਣੀ ਨੀ ਉਰੇ ਆ ਜਾ ਦੱਸਾਂ ਕੀ ਕਹਿੰਦੇ ਫਿਰ ਦੋ ਘਰਾਂ ਦੇ ਜਾਇਆ ਜੀ ਕੋਈ ਇੰਤਜ਼ਾਮ ਨਹੀਂ ਬਣਿਆ ਮੈਂ ਤੈਨੂੰ ਐਂ ਕਹਿੰਦੀ ਹਾਂ ਮੈਂ ਮਾੜਾ ਜਿਹਾ ਜਾ ਕੇ ਤਾਂ ਦੇਖ ਲਾਂ ਡਾਕਟਰ ਦੇ ਵੀ ਕੀ ਹਾਲ ਵਾਲ ਹੈ ਮੁੰਡੇ ਦਾ ਇਹ ਤਾਂ ਕਹਿੰਦੇ ਸਾਡੀ ਤਾਂ ਜੀਰੀ ਸੈਲਰ 'ਚ ਗਈ ਹੈ ਆੜਤੀਆਂ ਤਾਂ ਕਿਸੇ ਦੇ ਵੀ ਨਹੀਂ ਉਹ ਕਹਿੰਦੀ ਸਾਡੇ ਕੋਈ ਘਰੇ ਨਹੀਂ ਹੈਗਾ ਮੈਂ ਤਾਂ ਉਨੇ ਪੈਰੀ ਮੁੜਿਆ ਹੀ ਦੇਖ ਰਹਾ ਨਹੀਂ ਜਿੰਨਾ ਕੁ ਪਹਾੜਾ ਹੈਗਾ ਮੈਨੂੰ ਫੜਾ ਦੇ ਮੈਂ ਵਗ ਜਾ ਘੇਰਾ ਵਗ ਜਾ ਬੇਬੇ ਜਿਹੜਾ ਪੰਜਾ ਚਿੱਕਾ ਹੈਗਾ ਮੈਨੂੰ ਰਿਹਾ ਕੇ ਫੜਾ ਦੇ ਵਗ ਜਾ ਮੈਨੂੰ ਫੜਾ ਦੇ ਹਾਏ ਹਾਏ ਬੂ ਮੈਂ ਮਰ ਜਾ ਪੈਸਿਆਂ ਤੋਂ ਬਿਨਾਂ ਵੀ ਕਿਵੇਂ ਜਾਵਾਂ ਮੁੰਡੇ ਨੂੰ ਨਹੀਂ ਕਹਿ ਸਕਦੇ ਹਜੇ 20 ਦਿਨ ਉਹਨੂੰ ਗਏ ਨੂੰ ਹੋਏ ਨੇ ਹਾਏ ਵੀ ਰੱਬਾ ਕੀ ਮਾੜਾ ਕਰਿਆ ਤੀ ਤੇਰਾ ਓਹੋ ਹੇ ਬਾਬਾ ਮੰਡਿਆੜਿਆ ਹੇ ਬਾਬਾ ਸਿੱਧ ਭੋਈ ਜਵਾਕ ਠੀਕ ਹੋ ਜੇ ਲੈ ਬੇਬੇ ਵਿੱਚ ਇੱਕ ਤੇਰਾ ਸੂਟ ਪਾਤਾ ਵਿੱਚ ਤੇਰਾ ਆਧਾਰ ਕਾਰਡ ਪਾਤਾ 20,000 ਰੁਪਇਆ ਸੀ ਘਰੇ ਉਹ ਪਾਤਾ ਹੱਫੜ ਕੇ ਕਿਤੇ ਕਿਰਾਇਆ ਨਾ ਲਾ ਦੀ ਹੁਣ ਤਾਂ ਰੁਪਈਏ ਦੀ ਲੋੜ ਹੈ ਆਧਾਰ ਕਾਰਡ ਪਾਇਆ ਆਧਾਰ ਕਾਰਡ ਪਾਤਾ ਲੱਗ ਜਾ ਜਾ ਕੇ ਮੈਨੂੰ ਫੋਨ ਕਰਦੀ ਕਿਵੇਂ ਸੱਟ ਸੁੱਟ ਹੇ ਮਹਾਰਾਜ ਦੇਖ ਸੁੱਖ ਲੈ ਕਾਰਡ ਸੁੱਖ ਲੈ ਦੇਖ ਸੁੱਖ ਲੈ ਰੱਖੋ ਜੀ ਮੇਰਾ ਮੁੰਡਾ ਹੇ ਮੇਰਾ ਮਾਲਕਾ ਅੱਜ ਲੱਜੇ ਰੱਖ ਦੇ ਤੰਦਰੁਸਤੀ ਕਰ ਦੇ ਮੇਰੇ ਪੁੱਤ ਨੂੰ ਐਂ ਕਰੀ ਰਾਣੀ ਜੇ ਮੈਂ ਲੇਟ ਹੋ ਗਈ ਅੱਜ ਨਾ ਆਈ ਤੇਰੀ ਉੱਧਰ ਨਹੀਂ ਚਾਚੀ ਨੂੰ ਪਾ ਲਈ ਕੁਛ ਨਾ ਮੈਂ ਆਪਦੇ ਕੋਲੇ ਪਾ ਲਈ ਕੋਲੇ ਹਾਏ ਰਾਣੀ ਭੈਣੇ ਪੈ ਗਈ ਸਤਿ ਸ਼੍ਰੀ ਅਕਾਲ ਭੈਣੇ ਹੋਰ ਠੀਕ ਹੈ ਠੀਕ ਹਾਂ ਬਸ ਮੁੰਡੇ ਦੀ ਟੈਨਸ਼ਨ ਹੋਈ ਪਈ ਮੈਨੂੰ ਤਾਂ ਅੱਛਾ ਠੀਕ ਨਹੀਂ ਅਜੇ ਗਈ ਹੈ ਤਾਂ ਬੇਬੇ ਜਾ ਕੇ ਦੇਖੂਗੀ ਹਾਲਤ ਫਿਰ ਦੇਖਦੇ ਡਾਕਟਰ ਕੀ ਕਹਿੰਦੇ ਨੇ ਪੈਸੇ ਦੀ ਤਾਂ ਹੁਣ ਲੋੜ ਹੀ ਹੈ ਤੈਨੂੰ ਵੀ ਪਤਾ ਭੈਣੇ ਹੋਰ ਭੈਣੇ ਤਾਈ ਗਈ ਸੀ ਪੈਸਿਆਂ ਨੂੰ ਸਾਡੇ ਘਰੇ ਜੇ ਸਾਡੇ ਕੋਲੇ ਹੁੰਦੇ ਨਾ ਅਸੀਂ ਜਮ੍ਹਾਂ ਨਹੀਂ ਜਵਾਬ ਦਿੰਦੇ ਸੀ 2 ਕਿੱਲਿਆਂ ਨਾਲ ਕੀ ਬਣਦਾ ਗਾ ਅਤੇ ਇਹ ਤੈਨੂੰ ਪਤਾ ਬੱਸ 'ਤੇ ਜਾਂਦਾ ਗਾ ਜਿੰਨੇ ਕੁ ਕਮਾਉਂਦਾ ਉਨੇ ਕੁ ਖਾ ਲੈਂਦਾ ਤੁਹਾਡੇ ਤਾਂ ਪਤਾ ਵੀਰਪਾਲ ਵੀ ਗੁੰਜਾਇਸ਼ ਘੱਟ ਹੈ ਪਰ ਮੇਰੇ ਬੇਬੇ ਹੱਫਲੀ ਪੈ ਰਹੀ ਮੇਰੇ ਬੇਬੇ ਨੂੰ ਤਾਂ ਹੁਣ ਐਂ ਕੁਛ ਨਹੀਂ ਪਤਾ ਲੱਗਦਾ ਵੀ ਕਿਹਦੇ ਮੈਂ ਜਾਣਾ ਪੈਸਿਆਂ ਨੂੰ ਕਿਹਦੇ ਨਾ ਇਹਦਾ ਤਾਂ ਬੀਪੀ ਵੱਧ ਆ ਹੁਣ ਨਾ ਅਸੀਂ ਬੱਬੀ ਕੋਲ ਗੱਲ ਕਰ ਸਕਦੇ ਗਏ ਨੂੰ ਹਜੇ 20 ਦਿਨ ਹੋਏ ਨੇ ਐਂ ਔਖਾ ਹੋ ਜਾਂਦਾ ਘਰੇ ਬੰਦੇ ਬਿਨਾਂ ਹੋਰ ਬਈ ਉਹ ਬੰਦੇ ਬਗੈਰ ਤਾਂ ਔਖਾ ਹੋ ਜਾਂਦਾ ਹੋਰ ਉਹ ਕਿਹਾ ਸੀ ਵੀ ਨਾ ਐਡੀ ਦੂਰ ਮੁੰਡੇ ਨੂੰ ਲਾ ਅਸੀਂ ਕਿੱਥੇ ਫਿਰਾਂਗੇ ਤੀਵੀਆਂ ਮਾਨੀਆਂ ਕਹਿੰਦਾ ਕੁਛ ਨਹੀਂ ਹੁੰਦਾ ਸਾਲ ਤਾਂ ਬਿੰਦੇ 'ਚ ਆ ਜਾਂਦਾ ਪੜ੍ਹ ਲੂਗਾ ਜੇ 2 ਅੱਖਰ ਪੜੂਗਾ ਤਾਂ ਗਾਹਾਂ ਕੁਛ ਇਹਦਾ ਬਣੂਗਾ ਪਰ ਘਰੇ ਬੰਦੇ ਬਗੈਰ ਵੀ ਕਿੱਥੇ ਸਰਦਾ ਭੈਣੇ ਢਿੱਡ ਕਾਰੇ ਕਰਾਉਂਦਾ ਭੈਣੇ ਕੀ ਕਰੀਏ ਅਸੀਂ ਤਾਂ ਜਵਾਨਾ ਭੇਜਦੇ ਜੇ ਮਾੜਾ ਮੋਟਾ ਵਾਹਨ ਚੱਜ ਨਾਲ ਹੋਰ ਹੁੰਦਾ ਕੀ ਜੀ ਕਰਦਾ ਐਡੀ ਦੂਰ ਜਾਣ ਨੂੰ ਜਵਾਕ ਐਂ ਲਾਇਆ ਸੀ ਦੂਰ ਵੀ ਚੱਲ ਪੜ੍ਹਨ ਲੂਗਾ 2 ਅੱਖਰ ਗਾਹਾਂ ਇਹਦਾ ਕੁਛ ਬਣ ਜੂਗਾ ਚੰਗੇ ਸਕੂਲ 'ਚ ਪਾ ਕੇ
ਪਹਿਲਾਂ ਭੈਣੇ ਮੇਰੇ ਬੇਬੇ ਨੇ ਬੱਬੀ ਮਸਾ ਪਾਲਿਆ ਸੀ ਰੰਡੀ ਤੀਮੀ ਨੇ ਖਿਆਈਆਂ ਕੱਟ ਕੱਟ ਕੇ ਹੈ ਹੁਣ ਐਂ ਕਿਹੜਾ ਪਤਾ ਸੀ ਵੀ ਸਾਡੇ 'ਤੇ ਐਡਾ ਪਹਾੜ ਹੋਰ ਡਿੱਗ ਜੂਗਾ ਹਜੇ ਪੈਸਿਆਂ ਦਾ ਕਿਸੇ ਪਾਸੋਂ ਇੰਤਜ਼ਾਮ ਨਹੀਂ ਬਣਿਆ ਭੈਣੇ ਕੋਈ ਨਾ ਭੈਣੇ ਪਰਮਾਤਮਾ ਆਪ ਹੀ ਕਰੂਗਾ ਹੈ ਨਾ ਕਿਸੇ 'ਚ ਤਾਂ ਰੱਬ ਵੱਸਦਾ ਹੀ ਹੈ ਲੈ ਭੈਣੇ ਮੈਂ ਤਾਂ ਆਈ ਸੀ ਕੋਈ ਕੰਮ ਧੰਦਾ ਕਰਾ ਦਿੰਦੀ ਹਾਂ ਕੰਮ ਤਾਂ ਕੋਈ ਨਹੀਂ ਭੈਣੇ ਬਸ ਦੋ ਰੋਟੀਆਂ ਚਾਚੀ ਦੇ ਗਈ ਸੀ ਪਕਾ ਕੇ ਕੱਪੜੇ ਕੁੱਪੜੇ ਧੋ ਦਿੰਦੇ ਕੱਪੜੇ ਪਏ ਹੋਣੇ ਪਏ ਤਾਂ ਹੈਗੇ ਨੇ ਇੱਕ ਦੋ ਸੂਟ ਜੇ ਫਿਰ ਧੋ ਦਾਂਗੇ ਚੱਲ ਦੇਖੀ ਜਾਊਗੀ ਨਾ ਧੋ ਦਿੰਦੀ ਹਾਂ ਘਰੇ ਲੈ ਜਾਂਦੇ ਘਰੇ ਲੈ ਜਾਂਦੇ ਉੱਥੇ ਲਿਜਾ ਕੇ ਧੋ ਦਿੰਦੇ ਉਰੇ ਧੋਣੇ ਉਰੇ ਧੋ ਜਾਂਦੀ ਹਾਂ ਚਲੋ ਉੱਥੇ ਲੈ ਜੀ ਫਿਰ ਹੋਰ ਕੀ ਫਿਰ ਧੋ ਕੇ ਪਾ ਦੇ ਪੈਸੇ ਵਾਲੇ ਦੀ ਜ਼ਿੰਦਗੀ ਹੈ ਪੈਸੇ ਬਿਨਾਂ ਤਾਂ ਪੈਰ ਵੀ ਨਹੀਂ ਪੱਟਿਆ ਨਾ ਤਾਂ ਹੀ ਕਹਿੰਦੇ ਨੇ ਦੋ ਪੈਸੇ ਕੋਲੇ ਜੋੜ ਕੇ ਰੱਖਣੇ ਚਾਹੀਦੇ ਨੇ ਆਹ ਕਿਹੜਾ ਪਤਾ ਸੀ ਗ੍ਰਹਿ ਦਾ ਵੀ ਐਡਾ ਡਿੱਗ ਜੂ ਗ੍ਰਹਿ ਹੈ ਰਾਣੀ ਪੁੱਤ ਕਰੀ ਹੈ ਜੀ ਆ ਗਈ ਹਾਂ ਚਾਚੀ ਕਰੀ ਹਾਂ ਬਹਿ ਚਾਚੀ ਮੈਂ ਜੜਾਂਗੀ ਮੇਰੀ ਬੇਬੇ ਨੂੰ ਫੜਾ ਤਾ ਉਹ ਬਾਗੀ ਲੈ ਕੇ ਹਜੇ ਕੋਈ ਪੈਸਿਆਂ ਦਾ ਨੀ ਬਣਿਆ ਦੋ ਤਿੰਨ ਘਰਾਂ ਦੇ ਜਾ ਕੇ ਆਈ ਸੀ ਕਿਸੇ ਪਾਸੇ ਨੀ ਹੱਥ ਪਿਆ ਬਾਕੀ ਹੁਣ ਆ ਕੇ ਦੱਸੂਗੀ ਕਿਵੇਂ ਗੱਲਬਾਤ ਤੇਰਾ ਚਾਚਾ ਹੀ ਸੁਣ ਕੇ ਆਇਆ ਸੀ ਪੁੱਤ ਹਸਪਤਾਲ ਕਿਹੜਾ ਉਹਨਾਂ ਨੇ ਜਾਣਾ ਹੈ ਜੇ ਕੋਈ ਚੀਜ਼ ਵਕਤ ਫੜਾਉਣ ਦੇ ਪੁੱਤ ਉਹ ਦੱਸ ਦਿਓ ਤਾਂ ਚਾਚਾ ਜੀ ਲੈ ਜਾਊਗਾ ਮੇਰੇ ਕੋਲ ਕੀ ਹੈ ਚਾਚੀ ਫੜਾਉਣ ਨੂੰ ਕੋਈ ਪੈਸਾ ਨਾ ਨਹੀਂ ਇੰਤਜ਼ਾਮ ਬਣਿਆ ਰੋਂਦੇ ਨਹੀਂ ਹੁੰਦੇ ਭਾਜੀ ਰੋਂਦੇ ਨਹੀਂ ਹੁੰਦੇ ਪੁੱਤ ਕੋਈ ਨਹੀਂ ਆ ਪੁੱਤ ਤੂੰ ਮੈਨੂੰ ਹਸਪਤਾਲ ਦੱਸ ਕਿਹੜਾ ਚਾਚੀ ਗੱਗੀ ਤਾਂ ਡੀਐਮਸੀ ਚ ਲੁਧਿਆਣੇ ਪਰ ਤੁਸੀਂ ਬੱਬੀ ਨੂੰ ਨਾ ਦੱਸਿਓ ਉਹ ਬਾਰ ਬੈਠਾ ਟੈਨਸ਼ਨ ਲਊ ਅਜੇ ਵੀ ਤੇ ਨਹੀਂ ਹੋਏ ਨੇ ਗਏ ਨੂੰ ਨਾ ਦੱਸਿਆ ਨਹੀਂ ਹੈਗਾ ਉਹਨੂੰ ਅਸੀਂ ਦੱਸਦੇ ਪੁੱਤ ਇਹ ਗੱਲ ਦੱਸਣਾ ਹੀ ਹੁੰਦੀ ਹੈ ਫਿਰ ਨਾ ਆ ਸਕਣਾ ਨਾ ਟੈਨਸ਼ਨ ਹੋ ਜੂਗੀ ਨਹੀਂ ਨਹੀਂ ਅਸੀਂ ਦੱਸਦੇ ਹੋਰ ਤਾਂ ਸਮਾਨ ਫੜਾਉਣਾ ਪੁੱਤ ਚਾਚੀ ਜੀ ਨੂੰ ਕੋਈ ਨਾ ਚਾਚੀ ਕੁਛ ਨਹੀਂ ਫੜਾਉਣਾ ਬਸ ਹੇ ਮਹਾਰਾਜ ਸ਼ੁਕਰ ਹੈ ਤੇਰਾ ਬਾਗਰੂ ਬਾਗਰੂ ਦੁਨੀਆਂ ਤੀਂਘ ਤੋਂ ਤੀਂਘ ਪਈ ਹੈ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਇੰਨੇ ਪੈਸੇ ਭਰਤੇ ਗੱਲ ਵੀ ਨਹੀਂ ਕਰੀ ਕਿਸੇ ਨੇ ਪੈਸਿਆਂ ਦੀ ਤਾਂ ਡਾਕਟਰ ਕਹਿੰਦੇ ਵਾਲ ਵਾਲ ਬਚ ਗਿਆ ਹੈ ਹੈ ਸੋਹਣਾ ਵਧੀਆ ਖਾਂਦਾ ਪੀਂਦਾ ਹੁਣ ਤਾਂ ਬਹੁਤ ਵਧੀਆ ਹੋ ਗਿਆ ਸਿਰ ਦੀ ਸੱਟਤੀ ਬੋਲੀਏ ਬਹੁਤ ਮਾੜੀ ਸੱਟਤੀ ਆਇਆ ਤਾਂ ਰੱਬ ਚੜਕੇ ਤੀ ਪਰ ਮਹਾਰਾਜ ਨੇ ਬੋਝ ਲਏ ਸੱਚੇ ਪਾਤਸ਼ਾਹ ਨੇ ਸ਼ੁਕਰ ਹੈ ਪਰਮਾਤਮਾ ਦਾ ਹੇ ਮਹਾਰਾਜ ਆ ਗਈ ਬੇਬੇ ਹਾਂ ਆ ਗਈ ਪੁੱਤ ਪਾਣੀ ਪੀ ਹਾਂ ਬਹਿ ਜਾ ਤੜਫਦੀ ਹੋਣੀ ਨੂੰ ਮੈਂ ਕਿਹਾ ਉਹਨੂੰ ਫੋਨ ਕਰ ਬਾਲੇ ਹੀ ਵਧੀਆ ਬੇਬੇ ਫਿਰ ਮਾਮਾ ਉੱਥੇ ਹੈ ਹਾਂ ਪੁੱਤ ਮੈਂ ਕੱਲੇ ਨੂੰ ਥੋੜਾ ਛੱਡਣ ਲੱਗੀ ਸੀ ਤੇਰਾ ਮਾਮਾ ਉੱਥੇ ਤੇਰਾ ਭਾਈ ਉੱਥੇ ਹੈ ਉਹਨਾਂ ਦੇ ਸਿਰ ਤੇ ਛੱਡ ਕੇ ਆਈ ਆ ਪੁੱਤ ਮੈਂ ਹਾਂ ਬੇਬੇ ਆਇਆ ਸੀ ਤੜਕੇ ਮੈਨੂੰ ਫੋਨ ਭੁੱਲੇ ਦਾ ਕਹਿੰਦਾ ਮੈਂ ਜਾਊਂਗਾ ਭੈਣੇ ਉਹ ਤਾਂ ਬਾਗੇ ਹੁਣ ਤੂੰ ਐਂ ਕਰੀ ਪੁੱਤ ਤੂੰ ਨਾ ਲੈ ਨਾਲੇ ਤਾਂ ਗੱਗੀ ਦੇ ਕੱਪੜੇ ਲੈ ਜਾ ਨਾਲੇ ਤੇਰੀ ਮਾਸੀ ਤੇ ਤੇਰਾ ਮਾਸੜ ਆਉਂਦੇ ਨੇ ਤੂੰ ਉਹਨਾਂ ਦੇ ਨਾਲ ਹੀ ਵਗ ਜੀ ਨਾਲੇ ਮੁੜੇ ਫਿਰ ਪਰਸੋਂ ਤਾਂ ਛੁੱਟੀ ਦੇ ਹੀ ਦੇਣਗੇ ਠੀਕ ਹੈ ਬੇਬੇ ਹਾਂ ਹੈ ਕਰ ਲਈ ਮੇਰੇ ਪੁੱਤ ਬਣ ਕੇ ਤੂੰ ਪੀ ਲੈ ਪਾਣੀ ਹਾਂ ਬਣਾਈ ਵਧੀਆ ਠੀਕ ਠਾਕ ਹੈ ਐ ਤਾਂ ਪੋਲਾ ਮੈਨੂੰ ਵੀ ਕਹਿੰਦਾ ਸੀ ਬੇਬੇ ਤੜਕੇ ਕਹਿੰਦਾ ਮੈਂ ਲੈ ਕੇ ਜਾਊਂਗਾ ਭੈਣੇ 50,000 ਜਿੰਨਾ ਕੁ ਮੈਥੋਂ ਬਣਿਆ ਹੁਣ ਤਾਂ ਇਹਨੂੰ ਵੀ ਪਤਾ 20 ਲੱਖ ਰੁਪਇਆ ਲਾ ਕੇ ਹੁਣ ਤਾਂ ਹਜੇ ਮੁੰਡਾ ਤੋਰਿਆ ਪਤਾ ਹੈ ਮੈਨੂੰ ਪੈਸਿਆਂ ਦਾ ਗੱਲ ਕਿਸੇ ਪਾਸੇ ਨਹੀਂ ਬਣਿਆ ਹੈਗਾ ਭੈਣਾ ਭਾਈਆਂ ਤੋਂ ਵੀ ਫਿਰ ਬੇਬੇ ਪਤਾ ਨਹੀਂ ਲੱਗਿਆ ਵੀ ਉਹ ਪੈਸੇ ਕਿਹਨੇ ਭਰੇ ਨੇ ਕੁੜੇ ਪੁੱਤ ਤੂੰ ਯਕੀਨ ਕਰਕੇ ਜਾਣੀ ਤੀਂਘ ਦੋ ਤੀਂਘ ਦੁਨੀਆਂ ਪਈ ਹੈ ਮੈਂ ਤਾਂ ਐਂ ਮੰਨਦੀ ਹਾਂ ਪਤਾ ਹੀ ਨਹੀਂ ਲੱਗਾ ਵੀ ਪੈਸੇ ਕੌਣ ਭਰ ਗਿਆ ਕਲੱਬ ਕਲੱਬ ਵਾਲੇ ਕਹਿੰਦੇ ਤੇ ਮੈਂ ਨਾਂ ਵੀ ਸੁਣਿਆ ਤੇ ਉੱਥੇ ਤਾਂ ਪਤਾ ਨਹੀਂ ਕੀ ਨਾਂ ਜਾਂ ਕਹਿੰਦੇ ਤੇ ਪਰ ਮੈਨੂੰ ਐਂ ਨਹੀਂ ਪਤਾ ਪਰ ਕੌਣ ਗਿਆ ਇੰਨਾ ਪੈਸਾ ਪਰ ਅੱਛਾ ਤੈਨੂੰ ਐਂ ਨਹੀਂ ਪਤਾ ਵੀ ਨਾ ਪੁੱਤ ਮੈਨੂੰ ਨਹੀਂ ਪਤਾ ਲੱਗਿਆ ਹੈਗਾ ਕੁੜੇ ਉਹ ਤਾਂ ਆਪਣੇ ਕਰਮਾਂ ਦਾ ਪੁੱਤਰ ਰੱਬੀ ਵੌੜ ਗਿਆ ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਕੋਈ ਇੰਨਾ ਪੈਸਾ ਭਰ ਗਿਆ ਟੱਲੀ ਵਰਗਾ ਮੁੰਡਾ ਹੋ ਗਿਆ ਰੱਬ ਤਾਂ ਬੇਬੇ ਆਪਣੇ ਪਿੰਡ 'ਚ ਹੀ ਹੈ ਪਿੰਡ 'ਚ ਹੀ ਨਾ ਬੇਬੇ ਮੈਂ ਤੁਹਾਨੂੰ ਕਹਿੰਦੀ ਹਾਂ ਵੀ ਰੱਬ ਤਾਂ ਥਾਂ ਥਾਂ ਹੀ ਹੈ ਨਾ ਨਾ ਮੈਨੂੰ ਸੱਚੀ ਜੀ ਗੱਲ ਦੱਸ ਗੱਲ ਕੀ ਹੈ ਇਹ ਲੈ ਬੇਬੇ ਸੁਣ ਲੈ ਫਿਰ ਸੱਚੀ ਗੱਲ ਹਾਂ ਤੈਨੂੰ ਹਾਸੀ ਵਾਵਾ ਆ ਗਈ ਬੇਬੇ ਹਾਸੀ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਹਾਂ ਫਿਰ ਵੀ ਆਪਦੇ ਹੀ ਕੰਮ ਆਏ ਚਾਚਾ ਗਿਆ ਨਹੀਂ ਸੀ ਪਤਾ ਲੈਣ ਗੱਗੀ ਦਾ ਆਹੋ ਫਿਰਦਾ ਸੀ ਪੱਤੇ ਸੱਤੇ ਮਾਰਦਾ ਵੋਟਾਂ ਬਣਾਉਂਦਾ ਫਿਰਦਾ ਆਪਦੀਆਂ ਤੈਨੂੰ ਕੀ ਪਤਾ ਬੇਬੇ ਵੋਟਾਂ ਬਣਾਉਂਦਾ ਫਿਰਦਾ ਤੈਨੂੰ ਐ ਪਤਾ ਪੈਸੇ ਉਸੇ ਨੇ ਭਰੇ ਨੇ ਜਾਨ ਬਚਾਤੀ ਤੇਰੇ ਪੋਤੇ ਦੀ ਹੁਣ ਤਾਂ ਛੱਡ ਦੇ ਮਨ ਚੋਂ ਕਰੋੜ
ਬੂਮੇ ਮਰ ਜਾ ਤੇਰੇ ਚਾਚੇ ਨੇ ਹਾਂ ਚਾਚੀ ਆਈ ਸੀ ਉਰੇ ਤੂੰ ਮੈਨੂੰ ਹਸਪਤਾਲ ਦੱਸ ਕਿਹੜਾ ਪੈਸਿਆਂ ਦੇ ਤੋੜੇ ਨੀ ਆਪਾਂ ਜਾਣ ਦਿੰਦੇ ਰੋਣਾ ਮੇਰਾ ਪੁੱਤ ਹੁਣ ਤਾਂ ਸਾਡਾ ਹੀ ਹੈ ਤੇਰੀ ਬੇਬੇ ਭਾਵੇਂ ਸਾਡੇ ਨਾਲ ਲੱਖ ਨਾ ਬਣਾਵੇ ਰੋਣਾ ਮੇਰਾ ਪੁੱਤ ਡੀਐਮਸੀ ਹਸਪਤਾਲ ਆ ਚਾਚੀ ਜੀ ਵਾਗ ਜੋ ਜਾਇਆ ਜਾਂਦਾ ਨਾ ਪੁੱਤ ਰੋਣਾ ਤੂੰ ਤੇਰੀ ਬੇਬੇ ਤਾਂ ਭਾਵੇਂ ਲੱਖ ਕਰੋੜ ਰੱਖਦੀ ਹੈ ਖੂਨ ਤਾਂ ਸਾਡਾ ਹੀ ਹੈ ਨਾ ਸਾਡਾ ਤਾਂ ਤੇਰਾ ਉਹ ਹੁੰਦਾ ਮੱਚਦਾ ਚਾਚੀ ਜੀ 4-5 ਲੱਖ ਦੀ ਲੋੜ ਆ ਡਾਕਟਰ ਕਹਿੰਦੇ ਕਿੱਥੋਂ ਕਰਾਂਗੇ ਕੋਈ ਨੀ ਪੁੱਤ ਤੂੰ ਰੋਣਾ ਰੋਣਾ 5 ਹੀ ਛੱਡ ਭਾਵੇਂ 10 ਲੱਖ ਲੱਗ ਜੇ ਅਸੀਂ ਕਾਹਦੀ ਖਤਰਾਂਗੇ ਫਿਰ ਵੀ ਸਾਡਾ ਖੂਨ ਹੈ ਰੋਣਾ ਤੂੰ ਫਿਰ ਉਹਨੇ ਭੇਜਿਆ ਪੈਸੇ ਲੈ ਕੇ ਕਹਿੰਦੇ ਚਾਚੇ ਨੇ ਜਾਣਾ ਐਵੇਂ ਨੀ ਕਿਹਾ ਕਿਸੇ ਸਿਆਣੇ ਨੇ ਆਪਦਾ ਮਾਰੂ ਸਾਵੇਂ ਸਿੱਟੂ ਕਰੋੜਾ ਕੱਢਦੇ ਮਨ ਚੋਂ ਸਾਨੂੰ ਤਾਂ ਨਹੀਂ ਛੱਤ ਤੇ ਜਾਣ ਦਿੱਤਾ ਹੁਣ ਇਹ ਤਾਂ ਉਹੀ ਨੇ ਕੰਮ ਕੁੜੇ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਤੀ ਨਹੀਂ ਮੈਂ ਮਰ ਜਾ ਚੱਲ ਆਪਾਂ ਜਾ ਕੇ ਆਈਏ ਤੇਰੇ ਚਾਚਾ ਘਰੇ ਹੈ ਜਾ ਪਤਾ ਕਰ ਕਰੀ ਹੁਣ ਬੇਬੇ ਹੋਰ ਚਾਚਾ ਕਿੱਥੇ ਆ ਕੰਮ ਧੰਦਾ ਤਾਂ ਉਹ ਕਰਦੇ ਹੀ ਨਹੀਂ ਉਹ ਤਾਂ ਮੁੰਡੇ ਕਰਦੇ ਨੇ ਹਾਏ ਹਾਏ ਕੁੜੇ ਲੈ ਮੈਂ ਜਾ ਹੀ ਆਵਾਂ ਤੇਰੇ ਚਾਚੇ ਬੇਬੇ ਤੂੰ ਨਾ ਲੈ ਨਾਲੇ ਚਾਹ ਧਰਦੀ ਆ ਮੈਂ ਚਾਹ ਪੀ ਕੇ ਵਗ ਜੀ ਕੁੜੇ ਐਡਾ ਵੱਡਾ ਗੁਣ ਕਰੇ ਮੈਂ ਅਗਲੇ ਦਾ ਧੰਨਵਾਦ ਕਰਕੇ ਆਉਂਗੀ ਵੀ ਸ਼ੁਕਰ ਹੈ ਤੈਂ ਮੇਰੇ ਪੋਤੇ ਦੀ ਜਾਨ ਬਚਾਤੀ ਸ਼ੁਕਰ ਤਾਂ ਕਰੇਂਗੀ ਧੰਨਵਾਦ ਕਰੇਂਗੀ ਕੀਟਾਣੂ ਹੁੰਦੇ ਨੇ ਦਵਾਈਆਂ ਚ ਉੱਥੇ ਹਸਪਤਾਲ ਚ 100 ਤਰ੍ਹਾਂ ਦੀ ਬਿਮਾਰੀ ਵਾਲੇ ਬੰਦੇ ਨੇ ਆਈ ਜਾਏਂਗੀ ਅਗਲੇ ਦੇ ਘਰੇ ਕੱਪੜੇ ਬਦਲ ਲੈ ਨਾ ਕੇ ਜਾਂ ਪਾਣੀ ਛੱਡ ਕੇ ਆ ਤਾ ਮੈਂ ਚਾਹ ਦੀ ਘੁੱਟ ਕਰ ਲਾਂ ਜਾਂ ਪਾਣੀ ਛੱਡਿਆ ਪਹਿਲਾਂ ਆ ਲੈ ਪਾਣੀ ਛੱਡ ਆਉਣੀ ਆ ਪੈਸੇ ਨੇ ਇਹਦੇ ਚ ਪੁੱਤ ਥੋੜੇ ਜੇ ਓਹੋ ਆਏ ਹਾਏ ਇਹ ਵੀ ਗੱਲ ਪੱਕੀ ਆ ਨਾ ਕੀ ਵਗ ਜੂਗੇ ਹਾਏ ਹਾਏ ਹਾਂ ਬਾਈ ਪਿੰਡ ਕਹੀ ਜਾਂਦਾ ਯਾਰ ਸਰਬਸੰਮਤੀ ਨਾਲ ਸਰਪੰਚ ਬਣਾਵਾਂਗੇ ਮੈਂ ਕਿਹਾ ਤੁਹਾਡੀ ਮਰਜ਼ੀ ਹੈ ਬਾਈ ਆਪਾਂ ਤਾਂ ਕੀ ਕਰਨਾ ਹੈ ਲੋਕ ਕੰਮ ਦੇਖਦੇ ਨੇ ਜਿਹਨੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਭਾਲਦੇ ਨੇ ਆਓ ਜੀ ਆਓ ਬੈਠੋ ਬੈਠੇ ਜੀ ਅੱਜ ਕਿਵੇਂ ਕੀੜੀ ਕਰ ਭਗਵਾਨ ਆ ਗਿਆ ਆਉਣਾ ਹੀ ਸੀ ਜੀ ਹਜੇ ਆਉਣ ਦੀ ਕਿਹੜੀ ਉਹ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਾਹਦਾ ਨਾ ਬਾਈ ਜੀ ਹੋਰ ਧੰਨਵਾਦ ਨੀ ਤੈਨੂੰ ਮੈਨੂੰ ਐ ਦੱਸ 5 ਰੁਪਈਆਂ ਦੀ ਕੌਣ ਲਾ ਕੇ ਆਉਂਦਾ ਜਵਾਕ ਮੇਰਾ ਪ੍ਰਦੇਸਾਂ 'ਚ ਬੈਠਾ ਸੀ ਪੱਲੇ ਮੇਰੇ ਕੁਛ ਹੈ ਨਹੀਂ ਤੀ ਜਿਉਂ ਤੇਰਾ ਬਾਈ ਮੁੱਕੇ ਤੈਨੂੰ ਪਤਾ ਮੈਂ ਸਾਰਾ ਦਿਨ ਫਿਕਰਾਂ ਦੀ ਮਾਰੀ ਪਈਆਂ ਅੱਛਾ ਦੱਸਤਾ ਸੌਰੀ ਨੇ ਸਭ ਕੁਛ ਤੁਹਾਨੂੰ ਨਾਲੇ ਮੈਂ ਕਿਹਾ ਸੀ ਦੱਸੀ ਨਾ ਤੇਰੀ ਬੇਬੇ ਨੂੰ ਦੱਸੀ ਨਾ ਫਿਰ ਦੱਸਦਾ ਦੱਸੇ ਕਿਵੇਂ ਨਾ ਜੀ ਇਹ ਤੁਹਾਡਾ ਕਰਜ਼ਾ ਲਾਹਾਂਗੇ ਤਾਂ ਸਹੀ ਪਰ ਅੱਜ ਨਹੀਂ ਸਾਡੇ ਕੋਲੇ ਕਦੇ ਤਾਂ ਹੁਣ ਅਸੀਂ ਲਾਹਾਂਗੇ ਸਾਨੂੰ ਵੀ ਫਿਕਰ ਹੈ ਕੀ ਤੋਂ ਨਹੀਂ ਬਣਿਆ ਤੀ ਮੈਨੂੰ ਪੈਸਾ ਸਾਡਾ ਕਿਹੜਾ ਖੂਨ ਨਹੀਂ ਸੀ ਉਹ ਇਹਦਾ ਤੁਸੀਂ ਦਿਲ 'ਚ ਰੱਖੀ ਬੈਠੇ ਸੀ ਸਾਡੇ ਦਿਲ 'ਚ ਤਾਂ ਕੁਛ ਨਹੀਂ ਸੀ ਅਸੀਂ ਤਾਂ ਆਪਦਾ ਹੀ ਸਮਝਿਆ ਸੀ ਵੀ ਆਪਣਾ ਆਪਦਾ ਹੀ ਹੁੰਦਾ ਘੁੰਮੇ ਕਿਵੇਂ ਥੋੜ੍ਹੀ ਬਹੁਤੀ ਗੱਲਾਂ ਚੱਲਦੀਆਂ ਰਹਿੰਦੀਆਂ ਪਰ ਆਪਦਾ ਖੂਨ ਆਪਦਾ ਹੀ ਹੁੰਦਾ ਊਂ ਤਾਂ ਜੀ ਇੱਥੋਂ ਹੀ ਪਤਾ ਲੱਗਦਾ ਆਪਣੇ ਬਗਾਨੇ ਦਾ ਮੈਂ 2 ਘਰਾਂ ਦੇ ਜਾ ਕੇ ਆਈ ਸਾਡੇ ਘਰੇ 15,000 ਰੁਪਈਆ ਸੀ ਮੈਨੂੰ ਰਾਣੀ ਕਹਿੰਦੀ ਲੈ ਬੀਬੀ ਇਹੀ ਚੱਕ ਕੇ ਲੈ ਜਾ ਮੈਂ ਬਸ ਉਹੀ ਲੈ ਗਈ ਚੱਕ ਕੇ ਕੋਈ ਹਾਲ ਨਹੀਂ ਸੀ 2 ਘਰਾਂ ਤੋਂ ਪੈਸੇ ਮੈਨੂੰ ਮਿਲੇ ਨਹੀਂ ਫਿਰ ਮੈਨੂੰ ਦੱਸਿਆ ਵੀ ਇਹ ਤਾਂ ਕੋਈ ਕਲੱਬ ਵਾਲਾ ਪੈਸੇ ਲਾ ਗਿਆ ਮੈਂ ਤਾਂ ਇਸ ਭੁਲੇਖੇ 'ਚ ਰਹਿ ਗਈ ਜਦੋਂ ਮੈਨੂੰ ਰਾਣੀ ਨੇ ਆ ਕੇ ਦੱਸਿਆ ਕਹਿੰਦੀ ਤੈਨੂੰ ਪਤਾ ਨਹੀਂ ਲੱਗਿਆ ਬੇਬੇ ਪੈਸੇ ਕੌਣ ਲਾ ਗਿਆ ਮੈਂ ਆਖਿਆ ਨਾ ਪੁੱਤ ਮੈਨੂੰ ਨਹੀਂ ਪਤਾ ਲੱਗਿਆ ਕਹਿੰਦੀ ਮੇਰਾ ਭਾਈ ਵੀ ਭੋਲਾ ਗਿਆ ਸੀ 50,000 ਰੁਪਈਆ ਲੈ ਕੇ ਮੈਂ ਆਖਿਆ ਪੁੱਤ ਰਾਣੀ 50,000 ਨਾਲ ਕਿੱਥੇ ਸਰਦਾ ਸੀ ਉੱਥੇ ਤਾਂ 5 ਰੁਪਈਆਂ ਦੀ ਲੱਗੀ ਹੈ ਕਹਿੰਦੇ ਕੋਈ ਕਲੱਬ ਵਾਲਾ ਲਾ ਗਿਆ ਇਹ ਤਾਂ ਸਾਡਾ ਫਰਜ਼ ਸੀ ਇਹ ਗੱਗੀ ਸਾਡਾ ਪੋਤਾ ਨਹੀਂ ਕਦੇ ਮੇਰਾ ਵੀ ਪੋਤਾ ਉਹ ਇਹ ਸਾਡਾ ਫਰਜ਼ ਬਣਦਾ ਸੀ ਅਸੀਂ ਨਿਭਾਇਆ ਤਾਂ ਜੋ ਤਾਂ ਕਹਿੰਦੇ ਹੁੰਦੇ ਨੇ ਇਹ ਪੈਸਾ ਨਾਲ ਜਾਂਦਾ ਕਿਤੇ ਸਭ ਕੁਝ ਇੱਥੇ ਹੀ ਰਹਿ ਜਾਂਦਾ ਇੱਥੇ ਹੀ ਰਹਿ ਜਾਂਦੀਆਂ ਜਾਦਾਂ ਕੰਮਾਂ ਨਹੀਂ ਨਾ ਪੈਸਾ ਨਾਲ ਜਾਵੇ ਇਹ ਤਾਂ ਪੈਸੇ ਦਾ ਤਾਂ ਹੱਥਾਂ ਨਹੀਂ ਮੈਲ ਹੁੰਦੀ ਤਾਂ ਜੋ ਤਾਂ ਲੋਕ ਕਹਿੰਦੇ ਨੇ ਕਿ ਆਪਦਾ ਮਾਰੂ ਛਾਵੇਂ ਸਿੱਟੂ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪਰ ਹੁਣ ਇੱਕ ਗੱਲ ਇਹ ਹੈ ਤੁਸੀਂ ਮੇਰੀ ਗੱਲ ਇੱਕ ਸੁਣ ਲਓ ਹੁਣ ਆਪਾਂ ਸਰਪੰਚੀ 'ਚ ਖੜੇ ਹੋਵਾਂਗੇ ਮੈਂ ਤੁਹਾਡੀ ਜੱਜ ਕੇ ਮਦਦ ਕਰੂੰਗੀ ਮੈਂ ਤੁਹਾਡਾ ਸਾਨ ਦੇ ਹੀ ਨਹੀਂ ਸਕਦੀ ਚਲੋ ਉਹ ਤਾਂ ਤੁਹਾਡੀ ਖੁਸ਼ੀ ਆ ਜੀ ਹਾਂ ਅਸੀਂ ਆਪਦਾ ਫਰਜ਼ ਨਿਭਾਇਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਨੂੰ ਬਹੁਤ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਪਿਆਰ ਦਿੰਦੇ ਐਵੇਂ ਜਿਵੇਂ ਰਹੋ ਅਸੀਂ ਤੁਹਾਨੂੰ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ